hello guys how are you i hope you are fine god give you lot of happiness today we are giving fodder to our buffalo let's start our vlog <laughs> ਕਿ ਕਿਸ ਕਰੋ ਆਇਆ ਹੀ ਤੇ ਫਿਰ ਅਸੀਂ ਨਾਲ ਖਾਲ ਲੈ ਕੇ ਆਇਆ ਤੇ ਜਿੰਨੀ ਕੁ ਲੀਆਂ ਖਾਲੀ ਨੇ ਪੱਠੇ ਰੰਨ ਦੇ ਪਾਣੇ ਵਾਲੇ ਨੇ ਸਾਡੇ ਵਰਕਰ ਜਿਹੜੇ ਨਾ ਚਾਰਾ ਕੁੱਤਰ ਕੇ ਰੱਖਿਆ ਤੇ ਉਹ ਅਸੀਂ ਹੁਣ ਚੁੱਕ ਕੇ ਇਹਨਾਂ ਨੂੰ ਪਾਵਾਂ ਦੇ ਸਟੀਲ ਪੈਨ ਮੇ ਰੱਖ ਛੜੀਏ ਇਹ ਰਾ ਫਰੈਸ਼ ਚਾਰਾ ਹੁੰਦਾ ਤੇ ਅਸੀਂ ਖੇਤ ਵਿੱਚੋਂ ਇਹਨਾਂ ਕੱਟ ਕੇ ਲਿਆਉਨੇ ਆ ਕਾਫੀ ਵੱਡਾ ਵੱਡਾ ਹੁੰਦਾ तकरीबन 6 6 ਫਿਟ ਦਿਨ ਖੇਤਾਂ ਚ ਕੱਟ ਕੇ ਲਿਆਉਣੇ ਤੋਂ ਬਾਅਦ ਜਿਹੜਾ ਨਾ ਅਸੀਂ ਅਜੇ ਫੋਲਡਰ ਕਟਰ ਮਸ਼ੀਨ ਹੈ ਇਹਦੇ ਨਾਲ ਕੱਟੀਦਾ ਤੇ ਫਿਰ ਇਹਦੇ ਬਾਰੀਕ ਬਾਰੀਕ ਪੀਸਿਸ ਹੋ ਜਾਂਦੇ ਨੇ ਫਿਰ ਅਸੀਂ ਬਹਿਫਲੋ ਦੇ ਅੱਗੇ ਪਾਜਦਾ ਕਿਉਂਕਿ ਜੇ ਵੱਡਾ ਪਾਛੜੀਏ ਤੇ ਫਿਰ ਉਹਨਾਂ ਕੋ ਖਾਣ ਨਹੀਂ ਹੁੰਦਾ ਤੇ ਫਿਰ ਵੇਸ ਜ਼ਿਆਦਾ ਹੁੰਦਾ ਥੱਲੇ ਡੇਜ ਜਾਂਦਾ ਤੇ ਡੰਗ ਵਗੈਰਾ ਲੱਗ ਜਾਂਦਾ ਹੈ ਦੇ ਸੋਸ ਤੇ ਮਸ਼ੀਨ ਨਾਲ ਕੱਟ ਕੇ ਫਿਰ ਪਾਇਆ ਜਾਂਦਾ ਜਿਹੜੀ ਪ੍ਰਾਲੀ ਵਗੈਰਾ ਹੁੰਦੀ ਹੈ ਹੁਣ ਤੇ ਸੀਜ਼ਨ ਪ੍ਰਾਲੀ ਦਾ ਆ ਵੀ ਗਿਆ ਤੇ ਉਹ ਜਿਹੜੀ ਉਹ ਸਭ ਤੇ ਪਾ ਦਿੱਤੀ ਜਾਏ ਨਾ ਤੇ ਫਿਰ ਵੀ ਖਾ ਲੈਂਦੇ ਨੇ ਤੇ ਕਾਫੀ ਹੈ ਵੀ ਹੁੰਦਾ ਕਿਉਂਕਿ ਫਰੈਸ਼ ਹੁੰਦਾ ਤੇ ਬਹੁਤ ਜ਼ਿਆਦਾ ਵਾਟਰ ਹੁੰਦਾ ਤੇ ਪੋਜਾ ਡਰਾਈ ਹੁੰਦਾ ਤੇ ਉਹ ਉਹਦਾ weight ਘਟ ਹੁੰਦਾ ਬਫੈਲੋ ਜਿਹੜੀਆਂ ਨੇ ਵੇਟ ਕਰਦੀਆਂ ਨੇ ਪਿਆ ਚਾਰੇ ਦਾ ਤੇ ਹੁਣ ਸੀ ਇਹਨਾਂ ਨੇ ਇੱਕੋਲੇ ਚਾਰਾ ਪਾ ਦਿੱਤਾ ਫਿਰ ਸਸ ਸਾਰੀਆਂ ਖੁੱਲੀਆਂ ਜਿਹੜਾ ਨਾ ਚਾਰਾ ਪਾਵਾਂ ਦੇ ਤੇ ਫਿਰ ਸਾਰੀ ਬਫੈਲੋ ਜਿਹੜੀਆਂ ਨੇ ਚਾਰਾ ਖਾਣ ਲੱਗ ਜਾਂਦੀਆਂ ਨੇ ਤੇ ਗੇ ਖਾਲ ਪਾਈਏ ਤੇ ਉਖਾਲ ਖਾਨੀਆਂ ਪਈਆਂ ਇਸ ਖੁੱਲੀ ਵਿੱਚ ਚਾਰਾ ਪਾਹੜਿਆ ਤੇ ਉਹ ਬਫੈਲੋ ਜਿਹੜੀਆਂ ਨਾ ਖਾ ਲੈਣ ਦੀਆਂ ਚਾਰਾ ਖਾਣੇ ਜਦੋਂ ਇਹ ਖਾ ਲੈਣ ਫਿਰ ਉਸ ਤੋਂ ਬਾਅਦ ਸੀ ਇਹਨਾਂ ਨੂੰ ਪਾਣੀ ਪੀਅਨਿਆ ਤੇ ਫਿਰ ਰਾਜ ਕੇ ਪਾਣੀ ਪੀ ਲੈਂਦੀਆਂ ਨੇ ਕਿਉਂਕਿ ਜਦੋਂ ਜਾਨਵਰ ਜਿਹਾ ਆਵੇ ਨਾ ਫਿਰ ਉਹ ਪਾਣੀ ਪੀਂਦਾ ਤੇ ਜੇ ਸੱਚਾ ਜੋ ਭੁੱਖਾ ਹੋਵੇ ਨਾ ਤੇ ਫਿਰ ਉਹ ਪਾਣੀ ਨਹੀਂ ਪੀਂਦਾ ਹੁਣ ਤਕਰੀਬਨ ਸ਼ਾਮ ਦਾ ਟਾਈਮ ਹੋ ਗਿਆ ਹੈ ਜਿਸਾਨ ਜਿਹੜਾ ਸੈੱਟ ਹੁੰਦਾ ਪਿਆ ਤੇ ਕਰੋ ਜਿਹੜੇ ਨਾ ਉਹ ਸਾਰੇ ਆਪਣੇ ਆਪਣੇ ਘਰਾਂ ਜਾਂਦੇ ਨੇ ਤੇ ਉਹਨਾਂ ਦੀ ਵਾਇਸਿਸ ਮਾਸ਼ਾਅੱਲਾ ਬਹੁਤ ਜ਼ਿਆਦਾ ਹੈ ਇੰਜੋਏ ਕਰਦੇ ਜਾ ਰਹੇ ਨੇ الله حافظ